ਕਿ ਰੱਬ ਦਾ ਵਾਸਤਾ ਹੀ ਕੋਈ ਤੇ ਵਾਅਦਾ ਪੂਰਾ ਕਰ ਕਿਸੇ ਚੀਜ਼ ਤੇ ਤਾਂ ਖਰੇ ਉਤਰ ਜੋ ਇਹ ਜਿਹੜੇ ਬੀਜ ਬੋਏ ਗਏ ਨੇ ਇਹ ਕਿਸੇ ਪਾਸੇ ਵੀ ਜਾ ਸਕਦੇ ਇਹ ਜਿਹੜੇ ਬੀਜ ਬੋਏ ਨੇ ਇੰਨੇ ਖਤਰਨਾਕ ਨੇ ਕਿ 92 ਐਮਐਲਏ ਲੈ ਕੇ ਵੀ ਇਹ ਸੈਂਟਰ ਦੀ ਮੌਤਾਜੀ ਵੱਲ ਜਾ ਰਹੇ ਆ ਰਹੇ ਆ ਇਹਨਾਂ ਦਾ ਤਰੀਕਾ ਗ੍ਰੰਥ ਕਰਨੇ ਆ ਤੁਸੀਂ ਚਾਦਰ ਦੇਖ ਕੇ ਪੈਰ ਪਸਾਰੋ ਸੱਤਾ ਲੈਣ ਦੇ ਵਾਸਤੇ ਝੂਠ ਬੋਲਾਂਗੇ ਉਹ 3 ਰੁਪਏ ਸਸਤੀ ਬਿਜਲੀ ਸਿਰਫ 3 ਮਹੀਨੇ ਲਈ ਸੀ ਹੁਣ ਇਹ ਅਗਲੇ ਅਪ੍ਰੈਲ ਤੱਕ ਮਹਿੰਗੀ ਬਿਜਲੀ ਕੱਚੇ ਮੁਲਾਜ਼ਮ ਪੱਕੇ ਕਰਦੇ ਆ ਉਹ 23 ਅਪ੍ਰੈਲ ਉਹਦੇ ਤੱਕ ਕਹਿੰਦੇ ਜੀ ਤੁਹਾਨੂੰ ਪੁਰਾਣੇ ਠੇਕੇਦਾਰੀ ਸਿਸਟਮ ਦੀ ਰੱਖਣਾ ਸਿੱਧੀ ਯਾਰ ਮਤਲਬ ਕਿਤੇ ਤੇ ਖੜੋ ਯਾਰ ਆਮ ਆਦਮੀ ਰੇਤ ਖਰੀਦ ਨਹੀਂ ਸਕਦਾ ਕੰਸਟਰਕਸ਼ਨ ਨੂੰ ਸੱਟ ਵਜੇਗੀ ਇਹ ਕਹਿੰਦਾ ਜੀ 20000 ਕਰੋੜ ਰੁਪਏ ਦਾ ਰੇਤਾ ਜੋ ਵੱਢ ਲਾਂਗੇ ਰੇਤਾ ਤੇ ਅੱਜ ਵੀ ਜੇ ਨਾਲੇ ਵਿਕਰੇ ਉੱਤਰ ਪੰਜਾਬ ਵਿੱਚ ਜਿਸ ਦੀ ਮਰਜ਼ੀ ਸਰਕਾਰ ਬਣੇ ਸਭ ਤੋਂ ਵੱਡਾ ਮੁੱਦਾ ਰੇਤ ਦਾ ਹੁੰਦਾ ਹੈ ਲਗਾਤਾਰ ਰੇਤੇ ਦੀਆਂ ਖੱਡਾਂ ਨੂੰ ਲੈ ਕੇ ਚਰਚਾ ਚੱਲਦੀ ਹੈ ਤੇ ਉੱਥੇ ਹੁਣ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਰੇਤੇ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਘੇਰਦੇ ਹੋਏ ਨਜ਼ਰ ਆ ਰਹੇ ਨੇ ਨਵਜੋਤ ਸਿੰਘ ਸਿੱਧੂ ਇੱਕ ਰੇਤੇ ਦੀ ਟਰਾਲੀ ਕੋਲ ਪਹੁੰਚਦੇ ਨੇ ਤੇ ਉੱਥੇ ਜਾ ਕੇ ਰੇਤੇ ਦਾ ਭਾਅ ਪੁੱਛਦੇ ਨੇ ਭਾਅ ਪੁੱਛਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਆਖਦੇ ਨੇ ਕਿ ਪਹਿਲਾਂ ਨੌ ਰੇਤੇ ਦਾ ਭਾਅ ਜਿਹੜਾ ਉਹ ਵੱਧ ਚੁੱਕਿਆ ਹੈ ਤੇ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਦੇ ਹੋਏ ਨਜ਼ਰ ਆ ਰਹੇ ਨੇ ਕੀਮਤਾਂ ਇੰਨੀਆਂ ਵਧੀਆਂ ਨੇ ਕੋਈ ਲੈਂਦਾ ਨਹੀਂ ਕੰਮ ਬੰਦ ਪਏ ਆ ਕੰਸਟਰਕਸ਼ਨ ਖਤਮ ਹੋ ਜਾਂਦੀ ਹੈ 100 ਪਲੱਸ ਰੇੜੀ ਭਰੀ ਪਈ ਸਭ ਬੰਦ ਪਿਆ ਆ ਬੰਦ ਪਿਆ ਕੋਈ ਖਰੀਦਾ ਨਹੀਂ ਸਿੱਧੂ ਸਾਹਿਬ ਕਾਰਨ ਕੀ ਹੈ ਕਾਰਨ ਇਹ ਹੈ ਕਿ ਅਨਾੜੀਆਂ ਨੂੰ ਕੁਝ ਨਹੀਂ ਪਤਾ ਮੈਂ ਪਹਿਲੇ ਦਿਨ ਦਾ ਕਹਿੰਦਾ ਸੀਗਾ ਪਾਲਿਸੀ ਉਹ ਬਣਾਓ ਜਿਹਨੂੰ ਤੁਸੀਂ ਪਹਿਲੇ ਦਿਨ ਤੋਂ ਇੰਪਲੀਮੈਂਟ ਕਰ ਸਕੋ ਇੰਪਲੀਮੈਂਟ ਕਿੱਦਾਂ ਹੋਣੀ ਹੈ ਰੇਟ ਕਿਵੇਂ ਵੱਧ ਗਏ ਸਵਾਲ ਭਾਈ ਰੇਟ ਸਪਲਾਈ ਬੰਦ ਹੋ ਗਈ ਜਦੋਂ ਤੁਸੀਂ ਠੇਕੇ ਦਿੱਤੇ ਹੋਏ ਨੇ ਇਹ ਠੇਕੇਦਾਰੀ ਸਿਸਟਮ ਨੇ ਮਾਰਿਆ ਸਾਰਾ ਕੁਝ ਹਾਂਜੀ ਜਦੋਂ ਤੁਸੀਂ ਠੇਕੇ ਦਿੱਤੇ ਹੋਏ ਨੇ ਇੰਨੇ ਏਰੀਆ ਦੇ ਉਸ ਏਰੀਆ 'ਚ ਰਹਤੇ ਹੀ ਆ ਨਹੀਂ ਦੱਸ ਬਈ ਗੱਲ ਸਹੀ ਹੈ ਇਸ ਤਰ੍ਹਾਂ ਹੀ ਹੈ ਹਾਂਜੀ ਹਾਂਜੀ ਇੱਕ ਵਾਰ ਦੱਸ ਯਾਰ ਠਹਿਰਾ ਯਾਰ ਖਾਡੀ ਕੋ ਚੱਲਣ ਦੀ ਆ ਹੁਣ ਉਹਦੇ ਵਿੱਚ 20 ਗੱਡੀਆਂ ਭਰਨੀਆਂ ਤੇ ਗੱਡੀ ਜਾਂਦੀ 100-80 ਖਲੋ ਜਾਂਦੀਆਂ ਉੱਥੇ ਠੀਕ ਹੈ ਨਾ 20 ਗੱਡੀਆਂ ਭਰਦੀਆਂ ਨਾ ਕਰਦੇ ਸੀ ਪਹਿਲਾਂ ਮਾਫੀਆ ਕੀ ਕਰਦਾ ਕਿ ਖੱਡ ਲੈਂਦਾ ਆ ਹਾਂਜੀ 25 ਹੈਕਟੇਅਰ ਵਾਲੀ ਤੇ ਪੁੱਟਦਾ ਦੂਏ ਪਾਸੋਂ ਕਿਉਂ ਬਾਈ ਇਸ ਤਰ੍ਹਾਂ 2 ਨੰਬਰ ਤੇ ਕੰਮ ਹੁਣ ਇਹਨਾਂ ਨੇ ਇਹ ਬੰਦ ਕਰਤਾ ਤੇ ਉਹ ਦੂਜਾ ਵੀ ਚੱਲ ਰਿਹਾ ਤੇ ਉਹ ਸਪਲਾਈ ਘਟ ਗਈ ਜਦੋਂ ਤੱਕ ਤੁਸੀਂ ਸਪਲਾਈ ਔਰ ਰੇਟ ਫਿਕਸ ਨਹੀਂ ਕਰੋਗੇ ਰੇਤੇ ਦੀਆਂ ਕੀਮਤਾਂ ਠਾਂ ਕਰਦੀਆਂ ਵਧਣਗੀਆਂ ਔਰ 3 ਮਹੀਨਿਆਂ 'ਚ ਦੇਖੀ ਹਾਲ ਕੀ ਹੋਊਗਾ ਜੇ ਪਾਲਿਸੀ ਬਣਾ ਕੇ ਇਹਨੂੰ ਪਹਿਲੇ ਦਿਨ ਤੋਂ ਇੰਪਲੀਮੈਂਟ ਨਾ ਕੀਤਾ ਹੁੰਦਾ ਤੇ ਇਹ ਅਰਾਜਕਤਾ ਫੈਲੂ ਇੱਕ ਮਿੰਟ ਡਰੋਨ ਉਡਾਵਾਂਗੇ ਓ ਯਾਰ ਡਰੋਨ ਉਡਾਵਾਂਗੇ ਉੱਡ ਰਹੇ ਆ ਨਾ ਸਾਰੇ ਉੱਡ ਰਹੇ ਆ ਨਾ ਡਰੋਨ ਮੈਂ ਕਿਹਾ ਡਰੋਨ ਉਡਾ ਰਹੇ ਆ ਆਮ ਬੰਦੇ ਦੇ ਹੋਸ਼ ਉਡਾ ਤੇ ਤੁਸੀਂ ਡਰੋਨ ਉਡਾਈ ਜਾਓ ਆਮ ਬੰਦੇ ਦੇ ਹੋਸ਼ ਉੱਡ ਗਏ ਭੁੱਖੇ ਮਾਰਤੇ ਲੋਕ ਰੁਜ਼ਗਾਰ ਬੰਦ ਕਰਤੇ ਸਭ ਕੁਝ ਬੰਦ ਕਰਤਾ ਗ੍ਰਾਂਟਾਂ ਤੱਕ ਬੰਦ ਕਰਤੀਆਂ ਉਹ ਕੇਜਰੀਵਾਲ ਸਾਹਿਬ ਕਹਿੰਦਾ 20000 ਕਰੋੜ ਰੇਤੇ ਚੋਂ ਕੱਢੂ ਦੱਸੋ ਤੁਸੀਂ ਹੁਣ ਮੈਨੂੰ ਇਹ ਗੱਲ ਦੱਸੋ ਦੂਜੀ ਗੱਲ ਮੈਂ ਬਿਜਲੀ ਦੀ ਕੀਤੀ ਹੈ ਤੁਹਾਡੇ ਸਾਹਮਣੇ ਹੀ ਕੀਤੀ ਹੈ ਠੋਕੇ ਇੱਥੇ ਨਹੀਂ ਕਰਨ ਵਾਲੀ ਹੈ ਤੁਸੀਂ ਮੈਨੂੰ ਇੰਨਾ ਦੱਸ ਦੇ ਉਹਨੂੰ ਕਹਿ ਕਿ ਤੂੰ 20000 ਕਰੋੜ ਛੱਡ ਯਾਰ ਹੈ ਮਤਲਬ ਗੱਪ ਮਾਰਦਾ ਠੀਕ ਠੀਕ ਲਾ ਲਿਆ ਯਾਰ ਮਤਲਬ ਚਲੋ ਗੱਪ ਮਾਰਨੀ ਹੁੰਦੀ ਹੈ ਝੂਠ ਮਾਰਨਾ ਹੁੰਦਾ ਤੂੰ ਤਾਂ ਯਾਰ ਸਰਦਾਰ ਸੁਖਬੀਰ ਸਿੰਘ ਤੋਂ ਵੀ ਉੱਤੇ ਲੰਘਿਆ ਮਤਲਬ ਤੁਸੀਂ ਸੋਚੋ ਠੀਕ ਠੀਕ ਤਾਂ ਲਾ ਪਿਛਲੇ ਇੰਨੇ ਸਾਲਾਂ 'ਚੋਂ ਵੱਧ ਤੋਂ ਵੱਧ ਜੇ ਸਰਕਾਰ ਨੇ ਕੱਢਿਆ 300 ਤੇ ਮੈਂ ਪਾਲਿਸੀ ਦੱਸੀ ਸੀ ਤੇਲੰਗਾਨਾ ਠੇਕੇਦਾਰੀ ਸਿਸਟਮ ਨੂੰ ਮਿਟਾ ਕੇ ਸਰਕਾਰੀ ਕੰਟਰੋਲ ਲੈ ਕੇ 2400 ਕਰੋੜ ਕਮਾਉਣ ਲੱਗ ਗਿਆ ਸੀ ਪਹਿਲੇ ਸਾਲ ਠੇਕੇਦਾਰੀ 10 ਕਰੋੜ ਤੇ 14 ਸਾਲਾਂ ਦੇ ਵਿੱਚ 2400 ਕਰੋੜ ਰੁਪਈਆ ਅਸੀਂ ਪੰਜਾਬ ਵਾਲੇ ਅਕਾਲੀ ਸਰਕਾਰ 'ਚ 40 ਕਰੋੜ ਰੁਪਈਆ ਇੱਕ ਸਾਲ ਦਾ ਜਮ੍ਹਾਂ ਕਰਾਉਂਦੇ ਸੀ ਉਹ ਇੱਕ ਹਫ਼ਤੇ 'ਚ 47 ਕਰੋੜ ਕਮਾਉਂਦੇ ਸੀ ਉੱਥੇ ਇੱਕ ਦਰਿਆ 300 ਕਿਲੋਮੀਟਰ ਇੱਥੇ 1300 ਕਿਲੋਮੀਟਰ ਤੇ 4 ਦਰਿਆ ਜੇ ਘੱਗਰ ਨੂੰ ਵੀ ਲਾਏਗਾ ਦੀ ਸਿਲਟਿੰਗ ਵੀ ਹੁੰਦੀ ਸੋ ਮਿੱਤਰ ਪਿਆਰੇ ਸੇਵਾ ਦੇਸ਼ ਦੀ ਜਿੰਦੜੀ ਹੈ ਬੜੀ ਔਖੀ ਗੱਲਾਂ ਕਰਨੀਆਂ ਢੇਰ ਸਿਖਲੀਆਂ ਨੇ ਪਰ ਸਿੱਧੂ ਸਾਹਿਬ ਕਹਿੰਦੇ ਪਾਲਿਸੀ ਲੈ ਰਹੇ ਆ 6 ਮਹੀਨੇ 'ਚ ਬੜਾ ਕੁਝ ਇੰਪਲੀਮੈਂਟ ਮੈਂ ਕਹਿੰਦਾ 6 ਮਹੀਨੇ ਦੀ ਖਾਸ ਕਰਕੇ ਗੱਲ ਮੈਂ ਕਹਿੰਦਾ ਤੂੰ ਜਿੱਦਣ 20000 ਕਰੋੜ ਰੁਪਏ ਕੱਢੂਗਾ ਨਾ ਇਹਦੇ 'ਚੋਂ ਤੇ 30000 ਕਰੋੜ ਕਹਿੰਦਾ ਸੀ 30000 ਕਰੋੜ ਕਹਿੰਦਾ ਸੀਗਾ ਕਹਿੰਦਾ ਮੈਂ ਕਰਪਸ਼ਨ ਖਤਮ ਕਰਕੇ ਕੱਢੂਗਾ 1,70,000 ਕਰੋੜ ਦਾ ਬਜਟ ਹੈ ਉਹਦੇ 'ਚ 1,00,000 ਤੋਂ ਉੱਤੇ ਤੇ ਫਿਕਸਡ ਨੇ ਜਿਹੜੇ ਤਨਖਾਹਾਂ 'ਚ ਜਾਂਦੇ ਆ ਕਰਜ਼ਾ ਮੋੜਨ 'ਚ ਜਾਂਦੇ ਆ ਅਤੇ ਬੋਰੋਇੰਗ 'ਚ ਜਾਂਦੇ ਆ ਤੇ ਠੇਕੇ ਤੂੰ ਬੰਦ ਕਰਦੇ ਕਰਪਸ਼ਨ ਕਿਹੜੀ ਕਮਿਸ਼ਨ ਕਿੱਥੋਂ ਆਉਣੀ ਹੈ ਤਨਖਾਹਾਂ 'ਚ ਕਮਿਸ਼ਨ ਜਾਂਦੀ ਹੈ ਫਿਰ ਹੱਲ ਕੀ ਬਣੂ ਮੈਂ ਕਿਹਾ ਹੱਲ ਦੇਖੋ ਮੇਰੀ ਗੱਲ ਨੂੰ ਸੁਣੋ ਹੱਲ ਦੀ ਗੱਲ ਤਾਂ ਇੰਨੀ ਹੈ
ਵੀ ਪੱਲੇ ਨਹੀਂ ਧੇਲਾ ਕਰਦੀ ਮੇਲਾ ਮੇਲਾ। ਇਸ ਦੇ ਨਾਲ ਜੇਕਰ ਗੱਲ ਕੀਤੀ ਜਾਵੇ ਪੰਜਾਬ ਵਿੱਚ ਵੱਧ ਰਹੇ ਕ੍ਰਾਈਮ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਇੱਕ ਬਾਰਡਰ ਸਟੇਟ ਹੈ ਜਿਸ ਨੂੰ ਚਲਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ। ਇਸ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਦਾ ਹੋਰ ਕੀ ਕਹਿਣਾ ਹੈ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ। ਜਿਸ ਵਿਅਕਤੀ ਦੇ ਗੋਲੀ ਵੱਜੀ ਸੀ ਉਹ ਵਾਲੀਬਾਲ ਦਾ ਪਲੇਅਰ ਨਹੀਂ ਹੈ। ਉਹਦੇ ਫਾਦਰ ਨੇ ਮੈਨੂੰ ਦੱਸਿਆ ਉਹ ਵਿਚਾਰਾ ਉਹਦੇ ਪੈਰ ਵੀ ਖਰਾਬ ਨੇ, ਨੌਕਰੀ ਲੱਭਦਾ ਫਿਰਦਾ, ਘਰੋਂ ਬਾਹਰ ਨਿਕਲਿਆ ਪਿਛਲੇ 80-85 ਸਾਲ ਦੀ ਹਿਸਟਰੀ 'ਚ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਅਤੇ ਕੋਈ ਗੋਲੀ ਮਾਰ ਕੇ ਪਾਰ ਗਿਆ, ਅੱਜ ਵੀ ਜ਼ਿੰਦਗੀ ਨਾਲ ਖੇਡ ਰਿਹਾ। ਆਈ ਸੀ ਯੂ 'ਚ ਰਹਿਣ ਦਾ ਮਤਲਬ ਇਹ ਹੁੰਦਾ ਕਿ ਜ਼ਿੰਦਗੀ ਦਾਅ 'ਤੇ ਲੱਗੀ। ਮੇਰਾ ਕਹਿਣ ਦਾ ਭਾਅ ਇਹ ਹੈ ਸਰਕਾਰਾਂ ਨੂੰ ਕਿ ਰੱਬ ਦਾ ਵਾਸਤਾ ਹੀ ਕੋਈ ਤਾਂ ਵਾਅਦਾ ਪੂਰਾ ਕਰ ਲਓ, ਕਿਸੇ ਚੀਜ਼ 'ਤੇ ਤਾਂ ਖਰੇ ਉਤਰ ਜਾਓ। ਸਭ ਤੋਂ ਵੱਡੀ ਅਹਿਮੀਅਤ ਕਿਸੇ ਸਰਕਾਰ ਦੀ ਹੁੰਦੀ ਹੈ ਨਾ ਅਗਰ ਅਤੇ ਇਨਸਾਨ ਦੇ ਸਵਾਸਾਂ ਦੀ ਰੱਖਿਆ, ਉਹਦੀ ਰੋਜ਼ੀ ਰੋਟੀ ਦੀ ਰੱਖਿਆ, ਇਹਨੂੰ ਅਸੀਂ ਜਾਨ ਮਾਲ ਕਹਿੰਦੇ ਹਾਂ। ਸਵਾਸ ਜੇ ਸਵਾਸ ਨਹੀਂ ਗਏ ਤਾਂ ਅਹਿਮੀਅਤ ਹੀ ਕੋਈ ਨਹੀਂ, ਜ਼ਿੰਦਗੀ ਦਾ ਮੁੱਲ ਕੋਈ ਨਹੀਂ। ਪਿਛਲੇ 20-25 ਦਿਨਾਂ ਦੇ ਵਿੱਚ ਜਿਸ ਤਰ੍ਹਾਂ ਕਤਲੋ ਗਾਰਦ ਹੋਈ ਆ, ਕ੍ਰਿਕਟ ਗਰਾਊਂਡ ਦੇ ਵਿੱਚ ਜਾ ਕੇ ਬੰਦੇ ਵੱਢਤੇ ਆ, ਤੁਰੇ ਜਾਂਦੇ ਬੰਦਿਆਂ ਦੀਆਂ ਗੋਲੀਆਂ ਮਾਰ ਗਏ ਆ, ਹੁਣ ਇਹਦੀ ਕੋਈ ਦੁਸ਼ਮਣੀ ਨਹੀਂ, ਇਹ ਬੂਹੇ ਨਿਕਲਿਆ ਅਪਾਹਜ ਆ ਆਲਮੋਸਟ, ਉਹਦਾ ਪੈਰ ਬਿਲਕੁਲ ਮਤਲਬ ਖਰਾਬ ਹੈ, ਉਹਦੇ ਗੋਲੀ ਮਾਰ ਗਿਆ। ਮੈਂ ਕਿਹਾ ਕੋਈ ਕਾਰਨ ਹੈ ਹੀ ਨਹੀਂ, ਬਗੈਰ ਕਾਰਨ ਹਰ ਰੋਜ਼ 2-3 ਮਰਡਰ ਹੋ ਜਾਂਦੇ। ਜਿਸ ਸਰਕਾਰ ਦੇ ਵਿੱਚ ਜਾਨ ਔਰ ਮਾਲ ਦੂਸਰੀ ਚੀਜ਼ ਹੁੰਦੀ ਆ, ਆਦਮੀ ਰੋਜ਼ੀ ਰੋਟੀ ਕਮਾਉਂਦਾ ਉਹਦਾ ਕੋਈ ਬਿਜ਼ਨਸ ਹੁੰਦਾ, ਵੈਸੇ ਸਰਕਾਰਾਂ ਦਾ ਅੰਕਲਨ ਵੀ ਅਗਰ ਕਰਨਾ ਹੋਵੇ ਬੰਦੇ ਨੂੰ 2-3 ਸਾਲ ਲੱਗ ਜਾਂਦੇ ਔਰ ਵਕਤ ਦੇਣਾ ਚਾਹੀਦਾ, ਲੇਕਿਨ ਜਦੋਂ ਲਾਅ ਐਂਡ ਆਰਡਰ ਔਰ ਜਾਨ ਮਾਲ ਸਵਾਸ ਮਹਿਫੂਜ਼ ਨਾ ਰਹਿਣ ਫਿਰ ਸਰਕਾਰ ਦਾ ਕੋਈ ਵਜੂਦ ਨਹੀਂ, ਸਰਕਾਰ ਦਾ ਕੋਈ ਵਕਾਰ ਨਹੀਂ, ਸਰਕਾਰ ਉਸੇ ਦਿਨ ਮਿੱਟੀ ਹੋ ਜਾਂਦੀ। ਸਮਝ ਨਹੀਂ, ਇਹ ਜਿਹੜੇ ਬੀਜ ਬੋਏ ਗਏ ਨੇ ਨਾ ਇਹ ਕਿਸੇ ਪਾਸੇ ਵੀ ਜਾ ਸਕਦੇ। ਸੀਐਮ ਸਾਹਿਬ ਕਹਿ ਰਹੇ ਸੀ ਕਿ ਅਸੀਂ ਕੋਈ ਟਕਰਾਅ ਦੀ ਰਾਜਨੀਤੀ ਨਹੀਂ ਕਰਾਂਗੇ, ਪਰ 20-25 ਦਿਨਾਂ ਦੇ ਵਿੱਚ ਤੁਸੀਂ ਜਿਵੇਂ ਕਹਿ ਰਹੇ। ਨਹੀਂ, ਮੈਨੂੰ ਇੱਕ ਗੱਲ ਦੱਸ, ਇੱਥੇ ਟਕਰਾਅ ਦਾ ਤਾਂ ਸਵਾਲ ਹੀ ਨਹੀਂ, ਇਹ ਤਾਂ ਸਭ ਤੋਂ ਪਹਿਲਾ ਸਰਵੋੱਚ ਅਧਿਕਾਰ ਹੈ ਕਿਸੇ ਵੀ ਬੰਦੇ ਦਾ ਕਿ ਭਾਈ ਉਹਦਾ ਬਿਜ਼ਨਸ ਅਤੇ ਉਹਦੀ ਜਾਨ ਮਹਿਫੂਜ਼ ਰਹੇ, ਜੇ ਜਾਨ ਹੀ ਨਹੀਂ ਤਾਂ ਫਿਰ ਤਾਂ ਮਾਲ ਦਾ ਤਾਂ ਸਵਾਲ ਹੀ ਨਹੀਂ, ਨਾ ਮਾਲ ਮਹਿਫੂਜ਼ ਹੈ ਨਾ ਜਾਨ ਮਹਿਫੂਜ਼, ਅਤੇ ਫਿਰ ਸਰਕਾਰ ਕੱਢ ਲਈ, ਫਿਰ ਤਾਂ ਸਰਕਾਰ ਦੇ ਅੰਕਲਨ ਦੀ ਲੋੜ ਹੀ ਨਹੀਂ ਨਾ। ਇਹ ਜਿਹੜੇ ਬੀਜ ਬੋਏ ਨੇ ਇੰਨੇ ਖਤਰਨਾਕ ਨੇ ਕਿ 92 MLA ਲੈ ਕੇ ਵੀ ਇਹ ਸੈਂਟਰ ਦੀ ਮੁਹਤਾਜੀ ਵੱਲ ਜਾ ਰਹੇ ਹਾਂ ਅਸੀਂ, ਇਹ ਸੈਂਸਿਟਿਵ ਸਟੇਟ ਹੈ, ਇਹ ਬਾਰਡਰ ਸਟੇਟ ਹੈ, ਇਸ ਗੱਲ ਨੂੰ ਸਮਝਣਾ ਚਾਹੀਦਾ। ਉਸ ਦਿਨ ਤੁਸੀਂ ਵੀ ਜਿਹੜੀ ਇੱਕ ਕਿਸੇ ਅਧਿਕਾਰੀ ਨਾਲ ਫੋਨ 'ਤੇ ਗੱਲ ਕਰ ਰਹੇ ਸੀਗੇ, ਤੁਸੀਂ ਕਹਿ ਰਹੇ ਸੀ ਕਿ ਬਦਲਾਅ ਲਈ ਵੋਟਾਂ ਪਾਈਆਂ, ਇਹ ਕਾਹਦਾ ਬਦਲਾਅ ਹੈ ਤਾਂ ਇਹ ਤੁਸੀਂ ਇਸ 'ਤੇ ਕੀ ਕਹਿਣਾ ਚਾਹੁੰਦੇ ਕਿ ਸੱਚਮੁੱਚ ਇਹ? ਨਹੀਂ ਦੇਖੋ, ਇਹ ਪਹਿਲੀ ਗੱਲ ਤਾਂ ਇਹ ਹੋ ਗਈ, ਦੂਸਰੀ ਗੱਲ ਮੈਂ ਤੁਹਾਨੂੰ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿ ਆਮ ਲੋਕਾਂ ਦੀ ਜ਼ਿੰਦਗੀ ਨੂੰ ਸੌਖਾ ਕਰਨ ਦੇ ਲਈ ਕੁਛ ਚੀਜ਼ਾਂ ਸਰਕਾਰਾਂ ਕਰਦੀਆਂ ਨੇ, ਕੁਛ ਉਹ ਵਾਅਦੇ ਕਰਦੀਆਂ ਨੇ, ਕੁਛ ਉਹ ਜ਼ਬਾਨ ਦਿੰਦੀਆਂ ਨੇ, ਕੁਛ ਉਹ ਗਰੰਟੀਆਂ ਦਿੰਦੀਆਂ ਨੇ, ਇਹਨਾਂ ਦਾ ਤਰੀਕਾ ਗਰੰਟੀਆਂ ਦੇਣ ਦਾ। ਤੁਸੀਂ ਚਾਦਰ ਦੇਖ ਕੇ ਪੈਰ ਪਸਾਰੋ, ਤੁਸੀਂ ਸਿਰਫ ਸੱਤਾ ਲੈਣ ਦੇ ਵਾਸਤੇ ਝੂਠ ਬੋਲਣਾ ਸੀ। ਮੈਂ ਕਹਿ ਰਿਹਾ ਕਿ ਅਨਾਊਂਸਮੈਂਟਾਂ ਜਿਹੜੀਆਂ ਹੋਈਆਂ ਉਹਦੀ ਇੱਕ ਦੀ ਨੋਟੀਫਿਕੇਸ਼ਨ ਹੋਈ ਹੋਵੇ ਮਿੱਤਰਾ ਮੈਨੂੰ ਦੱਸ। ਸਭ ਤੋਂ ਵੱਡਾ ਮੁੱਦਾ ਬਿਜਲੀ ਸੀ, ਜਦੋਂ ਸਰਕਾਰ ਆਈ ਚੰਨੀ ਦੀ ਉਦੋਂ 6 ਮਹੀਨੇ ਪਹਿਲਾਂ ਮੈਂ ਕਿਹਾ ਸੀਗਾ ਕਿ ਪਬਲਿਕ ਇੰਟਰਸਟ ਦੇ ਵਿੱਚ ਇੰਨੀ ਮਹਿੰਗੀ ਬਿਜਲੀ ਹੈ, ਪਬਲਿਕ ਇੰਟਰਸਟ ਦੇ ਵਿੱਚ ਇੱਕ ਟੈਰਿਫ ਆਰਡਰ ਜਾਰੀ ਕਰੋ ਰੈਗੂਲੇਟਰੀ ਅਥਾਰਟੀ ਨੂੰ, ਇਹਦਾ ਪਹਿਲਾਂ ਉਹ ਟੈਰਿਫ ਆਰਡਰ ਤੁਸੀਂ ਜਾਰੀ ਕਰੋ ਕਿ ਪਬਲਿਕ ਇੰਟਰਸਟ ਦੇ ਵਿੱਚ ਬਿਜਲੀ ਸਸਤੀ ਹੋ। ਚੰਨੀ ਸਰਕਾਰ ਨੇ ਉਹ ਜਾਰੀ ਕਰਤਾ, ਰੇਟ 3 ਰੁਪਏ ਥੱਲੇ ਆ ਗਏ, ਠੀਕ ਹੈ। ਹੁਣ ਅੱਜ ਇਸ ਸਰਕਾਰ ਨੇ ਟੈਰਿਫ ਆਰਡਰ ਨਹੀਂ, ਰੈਗੂਲੇਟਰੀ ਅਥਾਰਟੀ ਦੇ ਜਿਹੜੇ ਰੇਟ ਸੀ ਉਹ ਫਿਕਸ ਕਰਤੇ, ਉਹ 3 ਰੁਪਏ ਸਸਤੀ ਬਿਜਲੀ ਸਿਰਫ 3 ਮਹੀਨੇ ਲਈ ਸੀ, ਹੁਣ ਅਗਲੇ ਅਪ੍ਰੈਲ ਤੱਕ ਮਹਿੰਗੀ ਮਿਲੂ। ਜਿਹੜੇ ਮੀਟਰ ਸੀ ਤੁਹਾਡਾ ਬਾਹਰ ਕੱਢਣ ਦੀ ਗੱਲ ਆ, ਮੀਟਰ ਤੇ ਬਾਅਦ ਦੀ ਗੱਲ ਹੈ, ਉਹ ਤੇ ਬਿਜਲੀ ਬੋਰਡ ਕਹਿੰਦਾ ਤੁਹਾਡੀ ਦੇਣਦਾਰੀ ਸਾਨੂੰ 24,000 ਕਰੋੜ ਰੁਪਈਆ, ਉਤੋਂ ਅਸੀਂ ਕਰਜ਼ੇ ਲਏ 17,000 ਕਰੋੜ, ਤੇ ਫਿਰ ਕਿੱਥੇ ਗਈ ਤੁਹਾਡੀਆਂ ਲੋਕਾਂ ਨੂੰ ਮੁਫਤ ਬਿਜਲੀ ਮਿਲੂਗੀ ਕਿ ਨਹੀਂ ਤੁਹਾਡੇ ਸਾਹਮਣੇ ਆਊ?
ਉਹਦਾ ਕੱਚੇ ਮੁਲਾਜ਼ਮ ਜਿਹੜੇ ਸੀ ਕਹਿਣਾ ਹੈ ਤੇ ਕੋਈ ਕੋਈ ਪਕੜ ਠਹਿਰ ਕੋਈ ਨੋਟੀਫਿਕੇਸ਼ਨ ਨਹੀਂ ਹੈ ਜੀ ਜੇ ਤੁਸੀਂ ਅਨਾਉਂਸਮੈਂਟਾਂ ਕਰਦੇ ਹੋ ਕੋਈ ਨੋਟੀਫਿਕੇਸ਼ਨ ਨਹੀਂ ਠੀਕ ਕੱਚੇ ਮੁਲਾਜ਼ਮ ਪੱਕੇ ਕਰਦੇ ਹਾਂ ਉਹ 23 ਅਪ੍ਰੈਲ ਉਹਦੇ ਤੱਕ ਕਹਿੰਦੇ ਜੀ ਤੁਹਾਨੂੰ ਪੁਰਾਣੇ ਠੇਕੇਦਾਰੀ ਸਿਸਟਮ ਦੀ ਰੱਖਾਂਗੇ 37000 ਮਤਲਬ ਕਿਤੇ ਤੇ ਖੜੋ ਯਾਰ ਕਿਤੇ ਤੇ ਖੜੋ ਦੇਖੋ ਇਹ ਗੱਲਾਂ ਮੈਂ ਕਰਨੀਆਂ ਨਹੀਂ ਸੀ ਪਰ ਜਿਸ ਤਰ੍ਹਾਂ ਲੋਕ ਆਸ ਨਾਲ ਲੇਕਿਨ ਇਹਦਾ ਜਾਨ ਮਾਲ ਤੋਂ ਵੱਡੀ ਅਹਿਮੀਅਤ ਕਿਸੇ ਚੀਜ਼ ਗੁਰਬਾਣੀ ਸਰਬਸਾਂਝੀ ਹੈ ਅਤੇ ਸਰਬਸਾਂਝੀ ਹੋਣੀ ਚਾਹੀਦੀ ਹੈ ਸ਼ਕਤੀ ਦੂਸਰੀ ਗੱਲ ਜਿਹੜੀ ਮੈਂ ਕਰਨਾ ਚਾਹੁੰਦਾ ਰੇਤੇ 'ਤੇ ਬੜੀ ਵੱਡੀ ਵੱਡੀ ਗੱਲ ਕਰਦੇ ਸੀ ਅਜੇ ਤੱਕ ਨਹੀਂ ਐਂ ਕਰ ਜਾ ਕੇ ਕੀੜੀ ਰੇਤਾ ਪਤਾ ਕਰਕੇ ਨਿਲਾਓ ਅੱਜ 3000 ਰੁਪਈਏ ਸੈਂਕੜੇ 3100 ਰੁਪਈਆ ਸੈਂਕੜਾ ਹੈ ਕੀੜੀ ਰੇਤਾ ਮਤਲਬ ਇੱਕ ਟਰਾਲੀ ਦੇ ਵਿੱਚ 4 ਸੈਂਕੜੇ ਆਉਂਦੇ ਮਤਲਬ ਤੁਹਾਡੀ 9000 ਨਹੀਂ 10000 ਤੋਂ ਉੱਤੇ ਗਈ ਟਰਾਲੀ ਆਮ ਆਦਮੀ ਰੇਤ ਖਰੀਦ ਨਹੀਂ ਸਕਦਾ ਕੰਸਟਰਕਸ਼ਨ ਨੂੰ ਸੱਟ ਵਜੇਗੀ ਕੋਸਟ ਆਫ ਪ੍ਰੋਡਕਸ਼ਨ 10 ਗੁਣੇ ਵਧੇਗੀ ਅਤੇ ਅਸੀਂ ਪਹਿਲਾਂ ਹੀ ਇਕਨੋਮਿਕਲੀ ਇੰਨੇ ਮਾੜੇ ਹਾਂ ਅਤੇ ਰਿਸੈਸ਼ਨ ਵੱਲ ਜਾ ਰਹੇ ਹਾਂ ਇਹ ਕਹਿ ਰਹੇ ਸੀ ਕਿ ਅਸੀਂ ਜਿਹੜੀ ਕਰਪਸ਼ਨ ਘੱਟ ਕਰਕੇ ਜਿਹੜੇ ਲੈਂਦੇ ਵਿੱਚ ਕਮਿਸ਼ਨ ਘੱਟ ਕਰਕੇ ਮੈਂ ਅੱਗੇ ਕਹਿਣ ਦਿੰਦਾ ਇਹ ਕਹਿੰਦਾ ਸੀ 20,000 ਕਰੋੜ ਰੁਪਇਆ ਤਾਂ ਰੇਤਾ 'ਚੋਂ ਕੱਢ ਲਾਂਗੇ ਰੇਤਾ ਤਾਂ ਅੱਜ ਵੀ ਇਹਦੇ ਨਾਲੇ ਵਿਕ ਰਿਹਾ ਉਸ ਤਰ੍ਹਾਂ ਹੀ ਇਲੀਗਲ ਮਾਈਨਿੰਗ ਹੋ ਰਹੀ ਹੈ 12,000 ਨੂੰ 10,000 ਨੂੰ 9,000 ਨੂੰ ਟਰਾਲੀ ਵਿਕ ਰਹੀ ਹੈ ਅਤੇ ਸਾਡੀ ਸਰਕਾਰ ਜੇ ਤੁਸੀਂ ਉਦੋਂ ਮੈਂ ਰੌਲਾ ਪਾਉਂਦਾ ਹੁੰਦਾ ਸੀ 4,000 ਰੁਪਈਏ ਅਤੇ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ ਜੇ ਕੋਈ ਕਸੂਰਵਾਰ ਹੈ ਜ਼ਿੰਮੇਵਾਰ ਉਹਦੇ ਨਾਂ ਦਿਓ ਕਿਸੇ ਪਾਰਟੀ ਦਾ ਹੋਵੇ ਠੋਕੇ ਦਿਓ ਮੈਂ ਖੜੂ ਲੇਕਿਨ ਸੂਬਾ ਦਾ ਸਮਾਰੋ ਸੂਬਾ ਦਾ ਖੜਾ ਕਰੋ ਕੱਲ੍ਹ ਨੂੰ ਸਮਝੋ ਲੈ ਚੱਲ ਅੱਜ ਆਜਗੜ੍ਹ ਮਿਲਦੀ ਹੈ ਰੇਤ ਜਾ ਇਹਨੂੰ ਭੇਜ ਬਹੁਤ ਮਹਿੰਗੀ ਹੈ ਪਤਾ ਕਰਨਾ ਕਿਹੜੀ ਰੇਤਾ ਕਿੰਨੇ ਨੂੰ ਮਤਲਬ ਕਸਮੇ ਵਾਦੇ ਪਿਆਰ ਵਫਾ ਸਭ ਬਾਤੇ ਹੈ ਬਾਤੋਂ ਕਾ ਕਿ ਕਸਮਾਂ ਖਾ ਲੀਆਂ ਵਹਿਦੇ ਕਰ ਉਧਰ ਕਾਂਗਰਸ ਪਾਰਟੀ ਵੱਲੋਂ ਚੁੱਕੇ ਗਏ ਸਵਾਲਾਂ ਦਾ ਜਵਾਬ ਦੇਣ ਦੇ ਲਈ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਰੇਤ ਮਾਫੀਆ ਤੇ ਆਮ ਆਦਮੀ ਪਾਰਟੀ ਦੇ ਖੜੇ ਹੋ ਰਹੇ ਸਵਾਲਾਂ ਦੇ ਜਵਾਬ ਦਿੱਤੇ ਨੇ ਮੈਂ ਕਹਿੰਦਾ ਕਿ ਨਾ ਤਾਂ ਸਿੱਧੂ ਤੇ ਨਾ ਹੀ ਖਹਿਰਾ ਇਹ ਦੋਨੇ ਸਵਾਲ ਕਰਨ ਦੇ ਕਾਬਲ ਹੀ ਨਹੀਂ ਕਿਉਂ ਨਹੀਂ ਕਾਬਲ ਸਾਡੀ ਸਰਕਾਰ ਬਣੀ ਨੂੰ ਹਜੇ 20 ਦਿਨ ਹੋਏ ਨੇ 5 ਸਾਲ ਇਹਨਾਂ ਨੇ ਸਰਕਾਰ ਚਲਾਈ ਹੈ ਉੱਥੇ ਅੰਦਰ ਬੈਠੇ ਮੱਖੀਆਂ ਮਾਰਦੇ ਸੀ ਇਹਨਾਂ ਨੇ ਕੀ ਕੀਤਾ ਕਿਉਂ ਨਹੀਂ ਇਹਨਾਂ ਨੇ ਉਹਨਾਂ ਨੂੰ ਬਾਹਰ ਲੈ ਕੇ ਆਉਂਦਾ ਅੱਜ ਜੇ ਤਾਂ ਸਾਡੀ ਸਰਕਾਰ ਬਣੀ ਨੂੰ 3-4 ਸਾਲ ਬੀਤ ਗਏ ਕਿ ਅਸੀਂ ਕੰਮ ਨਹੀਂ ਕੀਤਾ ਫਿਰ ਤਾਂ ਮੰਨ ਗਏ ਬਾਈ ਜੀ ਅੰਬ ਬੀਜਦੇ ਹਾਂ ਉਹਨੂੰ ਟਾਈਮ ਲੱਗਦਾ 4-5 ਸਾਲ ਲੱਗਦੇ ਆ ਅੰਬ ਲੱਗਣ ਨੂੰ ਇਹ ਨਹੀਂ ਕਿ ਕੱਲ੍ਹ ਨੂੰ ਅਗਲੇ ਦਿਨ ਗੁੱਡਲੀ ਪੱਟ ਕੇ ਦੇਖਣੀ ਸ਼ੁਰੂ ਕਰ ਦਿਓ ਕਿ ਅੰਬ ਲੱਗ ਗਿਆ ਕਿ ਨਹੀਂ ਲੱਗ ਗਿਆ ਟਾਈਮ ਲੱਗੂਗਾ ਪਹਿਲੇ ਦਿਨ ਹੀ ਤਾਂ ਹੀ ਉਹ ਤੁਸੀਂ ਮਾਈਨਿੰਗ 'ਤੇ ਸਖ਼ਤ ਪਾਲਿਸੀ ਬਣਾਈ ਆ ਪਾਲਿਸੀ ਬਣ ਰਹੀ ਆ ਔਰ ਜਦੋਂ ਪਾਲਿਸੀ ਆ ਜਾਏਗੀ ਹਰ ਬੰਦੇ ਨੂੰ ਫਾਇਦਾ ਹੋਊਗਾ ਸਾਡੇ ਪੰਜਾਬ ਨੂੰ ਫਾਇਦਾ ਹੋਊਗਾ ਸਾਡੇ ਖਜ਼ਾਨੇ ਨੂੰ ਫਾਇਦਾ ਹੋਊਗਾ ਨਹੀਂ ਤਾਂ ਇਹਨਾਂ ਲੋਕਾਂ ਨੇ ਹੁਣ ਤੱਕ ਸਿਰਫ ਤੇ ਸਿਰਫ ਲੁੱਟ ਮਚਾਈ ਹੈ ਔਰ ਉਹ ਲੁੱਟ ਬੰਦ ਕਰਨ ਦੇ ਲਈ ਮਾਈਨਿੰਗ ਦੀ ਪਾਲਿਸੀ ਬਣ ਰਹੀ ਹੈ ਇਹ ਕਿਉਂਕਿ ਸਾਰੀ ਲੁੱਟ ਬੰਦ ਕਰ ਦਿੱਤੀ ਹੈ ਤੁਸੀਂ ਦੇਖ ਲਓ ਕਿਤੇ ਵੀ ਕੋਈ ਨਜਾਇਜ਼ ਖੱਟ ਨਹੀਂ ਚੱਲ ਰਹੀ ਅੱਜ ਇਹ ਸਿੱਧੂ ਦੀਆਂ ਖੱਡਾਂ ਆਪਣੀਆਂ ਸੀ ਤਾਂ ਇਹ ਰੌਲਾ ਪਾ ਰਿਹਾ ਖਹਿਰੇ ਦੀਆਂ ਆਪਣੀਆਂ ਖੱਡਾਂ ਨੇ ਇਹ ਤਾਂ ਰੌਲਾ ਪਾ ਰਿਹਾ ਕਿ ਸਾਡਾ ਰੇਤਾ ਨਿਕਲਣਾ ਬੰਦ ਹੋ ਗਿਆ ਅੱਜ ਇਹਨਾਂ ਦੇ ਕਾਰੋਬਾਰ ਚੌਪਟ ਹੋ ਗਏ ਤਾਂ ਕਰਕੇ ਇਹਨਾਂ ਨੂੰ ਤਕਲੀਫ ਹੁੰਦੀ ਆ 20 ਦਿਨਾਂ ਦੇ ਵਿੱਚ 15 ਦਿਨਾਂ ਦੇ ਵਿੱਚ ਕੋਈ ਵਾਈਟ ਪੇਪਰ ਨਹੀਂ ਜਾਰੀ ਹੁੰਦੇ ਉਹਨੂੰ ਟਾਈਮ ਲੱਗਦਾ ਹੁੰਦਾ ਹਰ ਚੀਜ਼ ਦਾ ਇੱਕ ਪ੍ਰੋਸੈਸ ਆ ਮੈਨੂੰ ਲੱਗਦਾ ਇਹਨਾਂ ਦੋਹਾਂ ਨੂੰ ਪੜ੍ਹ ਕੇ ਆਉਣਾ ਚਾਹੀਦਾ ਕਿ ਉਹਨੂੰ ਕਿੰਨੇ ਦਿਨ ਦਾ ਪ੍ਰੋਸੈਸ ਲੱਗਦਾ ਕੀ ਲੱਗਦਾ ਟਾਈਮ ਜਦੋਂ ਸਮਾਂ ਆਊਗਾ ਇਹ ਸਾਰੇ ਬੰਦੇ ਟੰਗੇ ਜਾਣਗੇ ਇਹ ਤਾਂ ਹੁਣੀ ਖਹਿਰਾ ਤਾਂ ਹੁਣੀ ਈਡੀ ਦੇ ਉਹਦੇ ਤੋਂ ਚੱਕਰਾਂ ਦੇ ਵਿੱਚੋਂ ਬਾਹਰ ਆਇਆ ਜਿਹੜਾ ਬੰਦਾ ਖੁਦ ਜਿਹੜੇ ਬੰਦੇ ਨੂੰ ਚੱਕ ਕੇ ਅੰਦਰ ਕੀਤਾ ਹੋਵੇ ਜਿਹੜਾ ਬੰਦਾ ਖੁਦ ਜ਼ਮਾਨਤ 'ਤੇ ਬਾਹਰ ਹੋਵੇ ਉਹਨੂੰ ਕੋਈ ਰਾਈਟ ਹੀ ਨਹੀਂ ਕਿਸੇ ਗੱਲ ਕਰਨ ਦਾ ਤੈਨੂੰ ਅੰਦਰ ਕਰਿਆ ਕਰਾਂਗੇ ਤੂੰ ਤੈਨੂੰ ਫੇਰ ਅੰਦਰ ਕਰਾਂਗੇ ਤਾਂ ਜ਼ਮਾਨਤ 'ਤੇ ਬਾਹਰ ਆ ਉਹਨੂੰ ਕਿ ਟਵੀਟ ਜਿਹੜੀ ਮਾਈਨਿੰਗ ਚੱਲ ਰਹੀ ਆ ਬਿਲਕੁਲ ਬਿਲਕੁਲ ਗਲਤ ਦੇਖੋ ਫੇਕ ਨਿਊਜ਼ ਆ ਫੇਕ ਨਿਊਜ਼ ਤੇ ਜਿਹੜੀ ਹੈਗੀ ਆ ਫੇਕ ਟਵੀਟ ਦੇ ਉੱਤੇ ਕੋਈ ਮੈਂ ਕਹਿੰਦਾ ਵੀ ਕੋਈ ਕਹਿਣ ਦੀ ਕੋਈ ਲੋੜ ਨਹੀਂ ਹੈ ਮੈਂ ਇਹ ਉਹਨਾਂ ਨੂੰ ਕਹਿਣਾ ਕਿ ਜਿੱਥੇ ਮਾਈਨਿੰਗ ਚੱਲ ਰਹੀ ਹੈ ਉੱਥੇ ਲਾਈਵ ਹੋ ਕੇ ਦਿਖਾਉਣ ਮੈਂ ਤੁਹਾਨੂੰ ਤੁਹਾਡੀ ਪੂਰੀ ਪ੍ਰੈਸ ਦੇ ਵਿੱਚ ਮਨਵਿੰਦਰ ਸਿੰਘ ਗਿਆਸਪੁਰਾ ਕਲੇਮ ਕਰ ਰਿਹਾ ਕਿ ਉਹ ਬੰਦਿਆਂ ਦੀਆਂ ਟਰਾਲੀਆਂ ਵੀ ਜ਼ਬਤ ਹੋਣਗੀਆਂ ਉਹਨਾਂ ਦੇ ਪਰਚੇ ਵੀ ਹੋਣਗੇ ਜਿਹਨੂੰ ਉਹ ਲਾਈਵ ਕਰਕੇ ਦਿਖਾਊਗਾ ਪਰ ਚਾਹੇ ਉਹ ਖਹਿਰੇ ਦੀ ਹੋਵੇ
ਉਹ ਜਿਹੜਾ ਉਹ ਕਰ ਰਿਹਾ ਨਾ ਆਪਣੀ ਇੱਕ ਟਰਾਲੀ ਭੇਜ ਕੇ ਉਹਨੂੰ ਕੋਈ ਨਾ ਕੋਈ ਉਹ ਉਸੇ ਗੱਲ ਦਾ ਖਿੱਚ ਕੇ ਟਵੀਟ ਕਰ ਰਿਹਾ। ਮੈਂ ਖਹਿਰਾ ਸਾਹਿਬ ਨੂੰ ਕਹਿਣਾ ਕਿ ਜਿੱਥੇ ਮਾਈਨਿੰਗ ਚੱਲ ਰਹੀ ਆ ਉਹ ਖੁਦ ਜਾਣ, ਮੈਨੂੰ ਫੋਨ ਕਰਨ, ਮੈਂ ਉਹਨਾਂ ਦੇ ਨਾਲ ਜਾਣ ਨੂੰ ਤਿਆਰ ਹਾਂ। ਅਸੀਂ ਉਹ ਖੱਡ ਵੀ ਬੰਦ ਕਰਾਵਾਂਗੇ, ਬੰਦੇ ਦੇ ਪਰਚੇ ਵੀ ਕਰਾਵਾਂਗੇ, ਅੰਦਰ ਕਰਾ ਕੇ ਆਵਾਂਗੇ। ਕੱਲਾ ਕੱਲਾ ਟਵੀਟ ਕਰਕੇ ਸਾਰਾ ਦਾ ਨਹੀਂ। ਬਹੁਤ ਵੱਡੀ ਗੱਲ ਕਹਿਤੀ ਇੱਕ ਗੱਲਾਂ ਗੱਲਾਂ ਦੇ ਵਿੱਚ ਕਿ ਸਿੱਧੂ ਦੀਆਂ ਵੀ ਮਾਈਨਿੰਗ ਦੀ ਥਾਂ ਜਿਹੜੇ ਹੈਗੇ ਨੇ ਉਹਨਾਂ ਦੇ ਵੀ ਛੱਡਾਂ ਚੱਲਦੀਆਂ ਨੇ, ਬਿਲਕੁਲ। ਮੈਂ ਕਹਿ ਰਿਹਾ ਕਿ ਇਹ ਲੋਕ ਤਾਂ ਹੀ ਅੱਜ ਰੌਲਾ ਪਾਉਂਦੇ ਆ, ਤਾਂ ਹੀ ਉਹਨਾਂ ਨੇ ਪੰਜ ਸਾਲ ਬਾਈ ਜੀ ਇਹਨਾਂ ਨੇ 5 ਸਾਲ ਚੁੱਪੀ ਧਾਰੀ ਰਹੀ ਆ, 5 ਸਾਲ ਬੋਲੇ ਨਹੀਂ, ਨਾ ਮਾਈਨਿੰਗ ਤੇ ਬੋਲਿਆ, ਨਾ ਸ਼ਰਾਬ ਤੇ ਬੋਲਿਆ, ਤੇ ਨਾ ਨਸ਼ਿਆਂ ਤੇ ਬੋਲਿਆ 5 ਸਾਲ, ਨਾ ਬਰਗਾੜੀ ਤੇ ਬੋਲਿਆ, ਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਬੋਲਿਆ। 5 ਸਾਲ ਇਹ ਸੱਤਾ ਦਾ ਸੁੱਖ ਮਾਣਦੇ ਰਹੇ ਆ, ਇਹ ਲੋਕ ਚੁੱਪ ਕਰਕੇ ਬੈਠੇ ਰਹੇ ਆ। ਔਰ ਇਹ ਸਾਰੀਆਂ ਦੇ ਵਿੱਚ ਸਿੱਧੂ ਵੀ ਭਾਗੀਦਾਰ ਉਨਾ ਹੀ ਹੈ ਜਿੰਨਾ ਚੰਨੀ ਆ, ਜਿੰਨਾ ਖਹਿਰਾ। ਹਰ ਬੰਦੇ ਸਾਰੀ ਜਿਹੜੀ ਅਲੀ ਬਾਬਾ 40 ਚੋਰਾਂ ਦੀ ਜਿਹੜੀ ਜੁੰਡਲੀ ਆ, ਇਹ ਕਾਂਗਰਸੀਆਂ ਦੀ ਇਕੱਠੀ ਸੀ, ਤਾਂ ਹੀ ਉਹ ਲੋਕਾਂ ਨੇ ਚੱਕ ਕੇ ਇਹਨਾਂ ਨੂੰ ਬਾਹਰ ਮਾਰਿਆ ਸੱਤਾ ਤੋਂ। ਸਾਡੀ ਸਰਕਾਰ ਤਾਂ ਕਾਰਵਾਈ ਕਰ ਰਹੀ ਹੈ, ਸਾਡੀ ਸਰਕਾਰ ਕਾਰਵਾਈ ਕਰ ਰਹੀ ਹੈ, ਕਾਰਵਾਈ ਕੀਤੀ ਹੈ, ਤਾਂ ਹੀ ਅੱਜ ਸਾਰੀਆਂ ਮਾਈਨਿੰਗਸ ਬੰਦ ਨੇ। ਉਹਦੇ ਤੇ ਪ੍ਰੋਪਰ ਪਾਲਿਸੀ ਬਣੂਗੀ, ਪਾਲਿਸੀ ਆਉਣ ਤੋਂ ਬਾਅਦ ਦੁਬਾਰਾ ਤੋਂ ਸਾਰਾ ਕੰਮ ਸ਼ੁਰੂ ਹੋਊਗਾ। ਸਿੱਧੂ ਸਾਹਿਬ ਦੀਆਂ ਹੈਗੀਆਂ ਨੇ ਖੱਡਾਂ, ਪਤਾ ਕਰਾਂਗੇ, ਵਾਈਟ ਪੇਪਰ ਜਾਰੀ ਕਰਾਂਗੇ। ਉਹੀ ਤਾਂ ਕਹਿ ਰਹੇ ਨਾ, ਵਾਈਟ ਪੇਪਰ ਜਾਰੀ ਕਰੋ, ਅਸੀਂ ਵਾਈਟ ਪੇਪਰ ਜਾਰੀ ਕਰਾਂਗੇ। ਤਿੰਨ ਆਫਿਸਰ ਨਵੇਂ ਅਪੁਆਇੰਟ ਕੀਤੇ ਆ। ਦੇਖੋ ਜਦੋਂ ਕਿਸੇ ਚੀਜ਼ ਦੀ ਗੱਲ ਉੱਠਦੀ, ਦੇਖੋ ਸਾਡੀ ਸਰਕਾਰ ਸਿਸਮਾ ਫਾਰਮ ਦੇ ਵਿੱਚ ਸੌਂ ਕੇ ਕੰਮ ਨਹੀਂ ਕਰਦੀ, ਸਾਡੀ ਸਰਕਾਰ ਰੋਡ ਦੇ ਉੱਤੇ ਜੋ ਪ੍ਰੈਕਟੀਕਲੀ ਸਾਨੂੰ ਫੀਲਡ ਦੇ ਵਿੱਚੋਂ ਜੋ ਇਨਪੁੱਟ ਮਿਲਦੀਆਂ ਨੇ ਉਹਦੇ ਆਧਾਰ 'ਤੇ ਸਾਡੀ ਸਰਕਾਰ ਕੰਮ ਕਰਦੀ ਹੈ। ਅੱਜ ਸਾਡੀ ਸਰਕਾਰ ਨੂੰ ਲੱਗਿਆ ਕਿ ਉਹਦੇ ਲਈ ਸਾਨੂੰ ਸਪੈਸ਼ਲ ਉਹਦੇ ਵਿੱਚ 3 ਅਫਸਰ ਦੀ ਹੋਰ ਲੋੜ ਹੈ, ਤਾਂ ਹੀ ਉਹਦੇ ਵਿੱਚ 3 ਅਫਸਰ ਹੋਰ ਐਡ ਕੀਤੇ ਆ। ਔਰ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਾਨੂੰ ਹੋਰ ਸਖਤੀ ਕਰਨੀ ਪਈ, ਪੰਜਾਬ ਸਰਕਾਰ ਜਿਹੜਾ ਹੈਗਾ ਇੱਦਾਂ ਦੇ ਗੈਂਗਵਾਰ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੂਗੀ। ਔਰ ਮੈਂ ਤੁਹਾਡੇ ਇਸ ਚੈਨਲ ਜ਼ਰੀਏ ਵੀ ਸਾਰਿਆਂ ਦੇ ਜ਼ਰੀਏ ਇਹਨਾਂ ਨੂੰ ਵਾਰਨਿੰਗ ਦਿੰਦਾ ਕਿ ਅਸੀਂ ਸਖਤ ਤੋਂ ਸਖਤ ਐਕਸ਼ਨ ਜਿਹੜਾ ਹੈਗਾ ਪੰਜਾਬ ਸਰਕਾਰ ਲਊਗੀ। ਔਰ ਅਸੀਂ ਪੰਜਾਬ ਦੇ ਜਿਹੜੇ ਲੋਕ ਨੇ, ਸਾਡੇ ਸ਼ਾਂਤੀ ਪਸੰਦ ਲੋਕ ਨੇ, ਇੱਦਾਂ ਦੇ ਜਿਹੜੇ ਹੈਗੇ ਆ ਗੁੰਡਾਗਰਦੀ ਦੀ ਪੰਜਾਬ ਦੇ ਵਿੱਚ ਕੋਈ ਥਾਂ ਨਹੀਂ। ਦੇਖੋ ਗੁਰਬਾਣੀ ਸਾਰਿਆਂ ਦਾ ਮੌਲਿਕ ਹੱਕ ਹੈ, ਮੈਂ ਵੀ ਗੁਰਬਾਣੀ ਪੜ੍ਹਦਾ, 5 ਬਾਣੀਆਂ ਦਾ ਨਿਤਨੇਮ ਯਾਦ ਹੈ ਮੈਨੂੰ ਵੀ। ਪਰ ਇਹ ਨਹੀਂ ਹੈ ਕਿ ਕੁਛ ਇੱਕ ਪਰਿਵਾਰ ਨੂੰ ਫਾਇਦਾ ਪਹੁੰਚਾਉਣ ਦੇ ਲਈ। ਅੱਜ ਦੇਖੋ ਉਹਨਾਂ 'ਤੇ ਕਿੰਨੇ ਗੰਦੇ ਇਲਜ਼ਾਮ ਲੱਗ ਰਹੇ ਆ, ਔਰ ਉਹ ਇਲਜ਼ਾਮ ਜਿਹੜੇ ਲੱਗ ਰਹੇ ਆ ਮੈਂ ਤੁਹਾਡੇ ਮੀਡੀਆ ਦੇ ਵਿੱਚ ਬੋਲ ਵੀ ਨਹੀਂ ਸਕਦਾ। ਔਰ ਉਹ ਲੋਕ ਗੁਰਬਾਣੀ ਦਾ ਪ੍ਰਸਾਰਨ ਬੜੇ ਲੰਬੇ ਸਮੇਂ ਤੋਂ ਕਰ ਰਹੇ ਆ। ਮੈਂ ਕਹਿ ਰਿਹਾ ਕਿ ਇਹਦੇ ਵਿੱਚ ਤਾਂ ਸਾਰਿਆਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਕਿ ਜੇ ਪੰਜਾਬ ਸਰਕਾਰ ਕੋਈ ਇਨੀਸ਼ੀਏਟਿਵ ਲੈ ਕੇ ਪੰਜਾਬ ਦੇ ਲੋਕਾਂ ਲਈ, ਕਿਉਂਕਿ ਪੰਜਾਬ ਵਸਦਾ ਗੁਰਾਂ ਦੇ ਨਾਂ 'ਤੇ, ਇਹ ਸਮਝ ਲੈਣਾ ਚਾਹੀਦਾ ਸਾਰਿਆਂ ਨੂੰ। ਸਾਡੀ ਜਿਹੜੀ ਪੰਜਾਬ ਦੀ ਜਿਹੜੇ, ਜੇ ਅਸੀਂ ਪੰਜਾਬ ਦੇ ਵਿੱਚ ਜਿਉਂਦੇ ਹਾਂ ਤਾਂ ਗੁਰੂਆਂ ਦੇ, ਗੁਰਬਾਣੀ ਦੇ ਸਿਰ ਦੇ ਉੱਤੇ ਜਿਉਂਦੇ ਹਾਂ। ਔਰ ਜੇ ਅੱਜ ਪੰਜਾਬ ਸਰਕਾਰ ਨੇ ਇਹ ਇਨੀਸ਼ੀਏਟਿਵ ਲੈਣ ਦੀ ਗੱਲ ਕੀਤੀ ਹੈ ਤਾਂ ਮੈਂ ਸਮਝਦਾ ਕਿ ਦਿਲ ਖੋਲ੍ਹ ਕੇ SCPC ਨੂੰ ਇਸ ਚੀਜ਼ ਦਾ ਸਵਾਗਤ ਕਰਨਾ ਚਾਹੀਦਾ ਸੀ। ਔਰ ਪੰਜਾਬ ਦੇ ਪੂਰੇ ਲੋਕਾਂ ਨੂੰ, ਪੂਰੇ ਸੰਸਾਰ ਦੇ ਲੋਕਾਂ ਨੂੰ, ਜਿਹੜਾ ਗੁਰਬਾਣੀ ਦਾ ਪ੍ਰਵਾਹ, ਉਹ ਕਿਸੇ ਇੱਕ ਪਾਰਟੀ ਦਾ ਪ੍ਰਵਾਹ ਨਹੀਂ ਹੈ ਉੱਥੇ। ਗੁਰਬਾਣੀ ਕਿਸੇ ਇੱਕ ਬੰਦੇ ਨੂੰ ਸੰਦੇਸ਼ ਨਹੀਂ ਦਿੰਦੀ, ਉਹ 4 ਵਰਨਾ ਕੋ ਸਾਂਝਾ ਉਪਦੇਸ਼ ਦਿੰਦੀ ਹੈ। ਇਸ ਲਈ ਜਦੋਂ ਸਾਂਝਾ ਉਪਦੇਸ਼ ਹੋਵੇ ਅਤੇ ਉਹਦੇ ਵਿੱਚ ਜੇ ਕੋਈ ਉਹਨਾਂ ਨੂੰ ਦਿੱਕਤ ਆ ਰਹੀ ਹੈ ਤਾਂ ਪੰਜਾਬ ਸਰਕਾਰ ਉਹਨਾਂ ਦੇ ਨਾਲ ਖੜੀ ਹੈ। ਅਸੀਂ ਅੱਜ ਵੀ ਤੁਹਾਡੇ ਇਸ ਚੈਨਲ ਜ਼ਰੀਏ ਕਹਿਣਾ ਚਾਹੁੰਦੇ ਹਾਂ ਕਿ ਜੇ ਅਗਰ SGPCA ਚਾਹੁੰਦੀ ਹੈ ਕਿ ਜਿਹੜਾ ਗੁਰਬਾਣੀ ਦਾ ਪ੍ਰਚਾਰ ਅਤੇ ਪ੍ਰਸਾਰ, ਉਹਨਾਂ ਨੂੰ ਉਹਦੇ ਵਿੱਚ ਦਿੱਕਤ ਆ ਰਹੀ ਹੈ, ਉਹਨਾਂ ਦੀ ਮਜਬੂਰੀ ਹੈ ਕਿ ਉਹ ਇਕੱਲੇ ਇੱਕ ਚੈਨਲ ਨੂੰ ਦੇਣ, ਤਾਂ ਪੰਜਾਬ ਸਰਕਾਰ ਉਹਨਾਂ ਦੀ ਪੂਰੀ ਸਪੋਰਟ ਕਰਨ ਲਈ ਤਿਆਰ ਹੈ। ਅਗਰ SGPC ਦੇਖੋ ਉਸਕੀ ਜੋ ਸੰਸਥਾ SGPC ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਇਹ ਸਾਰਾ ਪ੍ਰਬੰਧ ਚਲਾਤੀ ਹੈ, ਅਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਨੂੰ ਇਸ ਚੀਜ਼ ਦਾ ਅਧਿਕਾਰ ਦਊਗੀ, ਤਾਂ ਜਿਹੜੀ ਪੰਜਾਬ ਸਰਕਾਰ ਹੈ
ਉਹ ਗੁਰਬਾਣੀ ਦਾ ਪ੍ਰਸਾਰ ਉੱਥੇ ਆਪਣਾ ਚੈਨਲ ਸਥਾਪਿਤ ਕਰਕੇ, ਜਿਹੜਾ ਕਿ ਲੋਕਾਂ ਦਾ ਚੈਨਲ ਹੋਏਗਾ, ਉਹ ਸਰਕਾਰ ਦਾ ਉਹਦੇ ਵਿੱਚ ਇੰਟਰਫੇਅਰ ਨਹੀਂ ਹੋਏਗਾ, ਲੋਕਾਂ ਦਾ ਚੈਨਲ ਹੋਏਗਾ ਪਬਲਿਕ ਚੈਨਲ ਦੇ, ਪਬਲਿਕ ਪਲੇਟਫਾਰਮ ਦੇ ਉੱਤੇ। ਪਰ ਹੁਣ ਜੇ ਉਹਨਾਂ ਨੇ ਮਨਾ ਕਰ ਦਿੱਤਾ ਪਰਿਵਾਰ ਦੇ ਕਬਜ਼ੇ ਦੇ ਵਿੱਚ ਛੁਡਵਾ ਰਹੇ ਹੋ, ਪਰ ਕਹਿੰਦੇ ਐਸਜੀਪੀਸੀ ਨੂੰ ਪਤਾ ਛੁਡਵਾਉਂਗੇ ਚੋਣਾਂ ਕਦੋਂ ਕਰਵਾਉਣ ਵਾਸਤੇ ਤੁਸੀਂ ਲਿਖੋਗੇ। ਦੇਖੋ ਚੋਣਾਂ ਜਿਹੜੀਆਂ ਹੈਗੀਆਂ ਉਹ ਕੇਂਦਰ ਨੇ ਕਰਾਉਣੀਆਂ ਨੇ, ਅਸੀਂ ਕੇਂਦਰ ਦੇ ਨਾਲ ਰਾਬਤਾ ਕਾਇਮ ਕਰ ਰਹੇ ਹਾਂ, ਬੜੀ ਜਲਦੀ ਜਿਹੜੀ ਹੈਗੀ ਐ ਐਸਜੀਪੀਸੀ ਦੀ ਇਲੈਕਸ਼ਨ ਹੋਣਗਾ। ਅੱਜ ਜਿਹੜਾ ਬਿਆਨ ਆਇਆ ਜਥੇਦਾਰ ਜੀ ਦਾ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਸੈਂਟਰ ਤੋਂ ਸਾਨੂੰ ਪਰਮਿਸ਼ਨ ਲੈ ਦਿਓ, ਚੈਨਲ ਅਸੀਂ ਆਪ ਚਲਾ ਲਾਂਗੇ, ਕਦੋਂ ਤੱਕ ਪਰਮਿਸ਼ਨ ਮਿਲ ਜੇਗੀ ਸੈਂਟਰ ਤੋਂ? ਪਰਮਿਸ਼ਨ ਤਾਂ ਇਹਨਾਂ ਦੀ ਆਪਣੀ ਸਾਂਝ ਆ ਜਿਨ੍ਹਾਂ ਦੀ ਗੁਰਬਾਣੀ ਚੱਲਦੀ ਹੈ, ਇਹ ਤਾਂ ਫੇਰ ਸੈਂਟਰ ਦੇ ਅਧੀਨ ਕਰਦੇ ਆ। ਅਸੀਂ ਤਾਂ ਚਾਹੁੰਦੇ ਹਾਂ ਕਿ ਮੋਦੀ ਤੋਂ, ਅਸੀਂ ਤਾਂ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਜਿਹੜੀ ਹੈਗੀ ਆ ਗੁਰਬਾਣੀ ਸਾਡੇ ਪੰਜਾਬ ਦੇ ਅਧੀਨ ਚੱਲੇ, ਪੰਜਾਬ ਸਰਕਾਰ ਦੇ ਅਧੀਨ ਚੱਲੇ। ਜਥੇਦਾਰ ਜੀ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਪੰਜਾਬ ਸਰਕਾਰ ਦੀ ਪ੍ਰਪੋਜ਼ਲ ਨੂੰ ਮੰਨ ਲੈਣ, ਤਾਂ ਉਹਦੇ ਨਾਲ ਜਿਹੜਾ ਹੈਗਾ ਪੰਜਾਬ ਦਾ ਵੀ ਭਲਾ, ਪੂਰੀ ਦੁਨੀਆ ਦਾ ਭਲਾ, ਤਾਂ ਕਿ ਗੁਰਬਾਣੀ ਹੈ ਉਹ ਸਾਰੇ ਤੱਕ ਪਹੁੰਚੇ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤੇ ਸਰਕਾਰ ਬਣਦੇ ਸਾਰ ਹੀ ਵਿਰੋਧੀ ਪਾਰਟੀਆਂ ਵੱਲੋਂ ਸਰਕਾਰ ਨੂੰ ਲਗਾਤਾਰ ਘੇਰਿਆ ਜਾ ਰਿਹਾ ਹੈ। ਤੇ ਜੇਕਰ ਗੱਲ ਕੀਤੀ ਜਾਵੇ ਰੇਤੇ ਦਾ, ਕਿਹਾ ਜਾ ਰਿਹਾ ਕਿ ਰੇਤੇ ਦੇ ਭਾਅ ਨੇ ਜਿਹੜੇ ਉਹ ਦੁੱਗਣੇ ਹੋ ਗਏ ਨੇ, ਪਰ ਹੁਣ ਦੇਖਣਾ ਹੋਊਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਇਸ ਦੇ ਲਈ ਕੀ ਕਰਦੀ ਹੈ। ਬਿਊਰੋ ਰਿਪੋਰਟ, D5 ਚੈਨਲ ਪੰਜਾਬੀ। ਹੋਵੇਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ ਮਸ਼ੀਨਾਂ ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਚੱਲਦਾ ਰਿਹਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸਿਰਫ D5 ਚੈਨਲ ਪੰਜਾਬੀ ਤੇ। D5 ਚੈਨਲ ਪੰਜਾਬੀ, ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ